ਨਮਸਕਾਰ ਦੋਸਤੋ, ਮੈਂ ਚੇਤਨ ਕਸ਼ਯਪ ਅਤੇ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼। ਬੀਤੇ ਦਿਨ ਗੜਸ਼ੰਕਰ ਦੇ ਪਿੰਡ ਸ਼ੇਖੋਵਾਲ ਦੇ ਨੌਜਵਾਨ ਦਵਿੰਦਰ ਪ੍ਰਤਾਪ ਸਿੰਘ ਦਾ ਕੁਝ ਲੋਕਾਂ ਵੱਲੋਂ ਘਰ 'ਚ ਦਾਖਲ ਹੋ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਰੋਸ ਵਜੋਂ ਅੱਜ ਪਿੰਡ ਸ਼ੇਖੋਵਾਲ ਦੇ ਵਾਸੀਆਂ ਨੇ ਗੜਸ਼ੰਕਰ ਦੇ ਬੰਗਾ ਚੌਂਕ 'ਚ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਦਿੱਤਾ। ਇਸ ਮੌਕੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ਼ਰੇਆਮ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਕਤ ਨੌਜਵਾਨ ਦਾ ਕਤਲ ਵੀ ਕਿਸੇ ਸਾਜਿਸ਼ ਤਹਿਤ ਹੀ ਕੀਤਾ ਗਿਆ। ਗੱਲ ਇਸ ਤਰ੍ਹਾਂ ਜੀ, ਮੈਂ ਕੰਮ ਤੋਂ ਆ ਰਿਹਾ ਸਾਂ, ਘਰ ਆ ਕੇ ਆਪਣੀ ਬੋਟੀ ਨੂੰ ਕਿਹਾ ਬਈ ਚਾਹ ਵਾਸਤੇ। ਮੈਂ ਉਸ ਤੋਂ ਬਾਅਦ ਮੰਦਰ ਆ ਸਾਡੇ ਘਰ ਦੇ ਅੱਗੇ, ਉਸ ਜਗ੍ਹਾ 'ਤੇ ਅਸੀਂ ਦੋ ਤਿੰਨ ਸਿਆਣੇ ਬੈਠੇ ਔਰ ਸਾਡਾ ਕੋਈ ਬੰਦਾ ਕੋਈ ਮੁੰਡਾ ਘਰ ਦੇ ਵਿੱਚ ਨਹੀਂ ਥਾ ਉਸ ਮੁਹੱਲੇ ਦੇ ਵਿੱਚ, ਕਿਉਂ ਘਰ ਗਿਣਤੀ ਦੇ ਘੱਟ ਹੈ, ਤਿੰਨ ਚਾਰ ਮੁੰਡੇ ਆ, ਤਿੰਨ ਚਾਰ ਬੁੱਢੇ ਉੱਥੇ। ਉਹਨਾਂ ਨੇ ਕਿਆ ਕੀਤਾ, ਅਸੀਂ ਹਾਲਾ ਬੈਠੇ ਹੀ ਆ, ਉਹ ਜਿਹੜਾ ਬੰਦਾ ਸਾਡੇ ਜਿਸ ਬੰਦੇ ਦੇ ਉੱਤੇ ਮਰਡਰ ਗੋਲੀਆਂ ਚੱਲੀਆਂ, ਉਹ ਕਿੱਦਾਂ ਚੱਲੀਆਂ ਗੋਲੀਆਂ, ਉਹ ਮੋੜ ਦੇ ਉੱਤੇ ਆ ਰਹੇ, ਪਿੱਛੇ ਤੋਂ ਫਾਇਰ ਕਰਦੇ ਉਹ ਆ ਰਹੇ ਔਰ ਦਹਿਸ਼ਤ ਦੀ ਤਰ੍ਹਾਂ ਉਹਨਾਂ ਨੇ ਚਾਰੇ ਪਾਸੇ ਬੁੱਕ ਕਰ ਲਏ। ਉਸ ਤੋਂ ਬਾਅਦ ਜਿਹੜੀ ਪਹਿਲਾਂ ਗੱਡੀ ਜਿਸ ਗੱਡੀ 'ਚ ਆਇਆ ਉਹ ਗੱਡੀ ਭੰਨ ਤੋੜ, ਇੱਕ ਬੰਦਾ ਰਿਵੋਲਵਰ ਲੈ ਕੇ ਸਾਹਮਣੇ ਘਰ ਦੇ ਮਕਾਨ 'ਤੇ ਮਾਰਿਆ ਗੋਲੀਆਂ, ਇੱਕ ਬੰਦਾ ਸਾਡੀ ਸਾਈਡ 'ਤੇ, ਸਾਡੀ ਜਿਹੜੀ ਲੜਕੀ ਸੀ ਉਹ ਮੂਵੀ ਬਣਾ ਰਹੀ ਸੀ, ਉਸ ਮੂਵੀ ਉਸਦੇ ਉੱਤੇ ਗੋਲੀ ਸਿੱਧੀ ਆ ਗਈ, ਉਹ ਲੜਕੀ ਪਿੱਛੇ ਹਟ ਗਈ ਭਈ ਅਸੀਂ ਨਹੀਂ ਅੰਕਲ ਮੂਵੀ ਬਣਾ ਰਹੇ। ਉਸ ਤੋਂ ਬਾਅਦ ਮੰਦਰ ਵਾਲੀ ਸਾਈਡ 'ਤੇ ਇੱਕ ਗਲੀ ਹੈ, ਉਹ ਬੰਦਾ ਅੰਦਰ ਦਾ, ਇਹਨਾਂ ਨੇ ਕਿਆ ਕੀਤਾ, ਉਸਨੂੰ ਦੁਬਾਰਾ ਤੋਂ ਟੱਪ ਕੇ ਅੰਦਰ ਜਾ ਕੇ ਉਹ ਸ਼ੀਸ਼ਾ ਭੰਨਿਆ, ਉਹਦੇ ਅੰਦਰ ਗੋਲੀ ਮਾਰੀ ਆ, ਉਹਦੇ ਅੰਦਰ ਅੰਦਰ ਕਿਉਂ ਥਾਂ ਉਹ ਸ਼ੀਸ਼ਾ ਭੰਨ ਕੇ ਗੋਲੀ ਚਲਾਈ, ਉਹ ਬੰਦਾ ਟੇਰੀ ਕਰ ਦਿੱਤਾ। ਉਸ ਤੋਂ ਭਾਅ ਜੀ ਜਦੋਂ ਮੈਨੂੰ ਫੋਨ ਆਇਆ, ਮੈਂ ਗਿਆ, ਤਿੰਨ ਸਵਾ ਕੁ ਦਿਨ ਦਾ ਟਾਈਮ ਸੀ, ਤਾਂ ਉਹਨੀ ਬਾਹਰ ਲਿਆ ਗਿਆ, ਉਹਨੂੰ ਵੱਢ ਦਿੱਤਾ ਉਹਦਾ ਜੀ, ਇੰਨਾ ਬੁਰਾ ਹਾਲ ਕੀਤਾ ਉਹਦਾ, ਗੱਲੇ ਜਾਣ ਤੋਂ, ਘਰ 'ਤੇ ਗੋਲੀਆਂ ਚਲਾਈਆਂ, ਵੱਟੇ ਮਾਰਦੇ ਦੀ ਵੀਡੀਓ ਵੀ ਹੈਗੀਆਂ। ਬੰਦੇ ਦੇ ਨਾਂ ਦੱਸ, ਬੰਦੇ ਇੱਕ ਤਾਂ ਦਰਸ਼ਨ ਹੈ ਸਰਪੰਚ ਐਪੋਲ ਦਾ, ਉਹਦੇ ਨਾਲ ਮਹਿੰਦਰ, ਉਹਦੇ ਦੋ ਨਿਆਣੇ ਲੱਕੀ ਔਰ ਅਜੇ, ਉਹਤੋਂ ਬਾਅਦ ਉਹਦੇ ਨਾਲ ਬਾਕੀ ਅਣ ਪਛਾਤੇ ਬੰਦੇ ਬਹੁਤ ਹੈ ਜੀ ਪਿੰਡ ਦੇ ਬੰਦੇ। ਹਾਂਜੀ ਦੇਖੋ, ਜਿਹੜਾ ਮੁੰਡੇ ਦਾ ਕਤਲ ਹੋਇਆ ਜੀ, ਮੈਂ ਉਹਦਾ ਰਿਸ਼ਤੇ 'ਚ ਮਾਮਾ ਲੱਗਦਾ ਜੀ, ਅਤੇ ਇਹ ਸੋਮਵਾਰ ਦੀ ਗੱਲ ਹੈ, ਤਾਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਨਹੀਂ ਮੈਨੂੰ ਪਤਾ ਨਹੀਂ ਇਸ ਬਾਰੇ, ਤਾਂ ਇਹ ਮੁੰਡਾ ਜਿਹਨੇ ਕੱਲ੍ਹ ਗੋਲੀ ਮਾਰੀ ਹੈ ਮੁੰਡੇ 'ਤੇ ਅਜੇ ਨੇ, ਉਹਨੂੰ ਹੈਬੋਲ ਅੱਡੇ ਦੇ ਵਿੱਚ ਘੇਰਿਆ, ਉਹ ਮੁੰਡਾ ਬਿੱਲ ਜਮ੍ਹਾਂ ਕਰਾ ਕੇ ਆ ਰਿਹਾ ਤਾਂ ਜਿਸ ਮੁੰਡੇ ਦਾ ਕਤਲ ਹੋਇਆ, ਠੀਕ ਹੈ, ਉੱਥੇ ਰੋਕਿਆ ਉਹਨੂੰ, ਉੱਥੇ ਉਹ ਮੁੰਡਾ ਰੁਕਿਆ ਨਹੀਂ, ਉੱਥੋਂ ਇਹਨਾਂ ਕੋਲੋਂ ਭੱਜ ਗਿਆ ਆ, ਇਸ ਮੁੰਡੇ ਦੇ ਮਗਰ ਆਏ ਘਰ ਤੱਕ, ਘਰ 'ਤੇ ਮੁੰਡਾ ਅੰਦਰ ਵੜ ਗਿਆ, ਉਹਦੀ ਮਾਂ ਬਾਹਰ ਨਿਕਲੀ ਹੈ, ਉਹਦੀ ਬਾਂਹ 'ਤੇ ਇਸ ਮੁੰਡੇ ਨੇ ਮਹਿੰਦਰ ਸਿੰਘ ਦਾ ਮੁੰਡਾ ਅਜੇ ਡੰਡਾ ਮਾਰਿਆ, ਉਹਦੀ ਬਾਂਹ ਫ੍ਰੈਕਚਰ ਹੈ,
ਉਹ ਸੋਮਵਾਰ 2 ਵਜੇ ਦੀ ਇੱਥੇ ਗੜਸ਼ੰਕਰ ਹੋਸਪਿਟਲ ਦਾਖਲ ਹੈ। ਉਹਦਾ ਹਜੇ ਤੱਕ ਨਾ ਤਾਂ ਪਲਾਸਟਰ ਲੱਗਿਆ ਨਾ ਕੁਛ ਹੋਇਆ, ਬਾਕੀ ਐਕਸਰੇ ਵਗੈਰਾ ਹੋ ਗਿਆ, ਉਹ ਫ੍ਰੈਕਚਰ ਹੈ। ਉਹ ਤੋਂ ਬਾਅਦ ਮੰਗਲਵਾਰ ਦਾ ਵਿੱਚ ਗੈਪ ਪਿਆ, ਗੇੜੀਆਂ ਮਾਰਦੇ ਰਹੇ ਮੁੰਡਾ, ਇਹਨਾਂ ਨੂੰ ਉੱਥੇ ਨਹੀਂ ਮਿਲਿਆ। ਬੁੱਧਵਾਰ ਨੂੰ ਕੱਲ੍ਹ ਉਹ ਜਿਸ ਵੇਲੇ ਮਾਂ ਆਪਣੀ ਨੂੰ ਰੋਟੀ ਦੇ ਕੇ ਘਰੇ ਪੁੱਜਿਆ ਜੀ, ਉਹਦੇ ਮਗਰ ਪੁੱਜ ਗਏ ਗੱਡੀ 'ਚ, ਉਸ ਵੇਲੇ ਇਹ ਸਾਰੇ ਤੇ ਮਹਿੰਦਰ ਦਾ ਉਹਦੇ ਦੋਵੇਂ ਮੁੰਡੇ ਜੀ, ਆਪਣਾ ਕਿਆ ਨਾਮ ਉਹਦਾ ਅਜੇ ਹੈ ਜੀ, ਉਹਦਾ ਮੁੰਡਾ ਲੱਕੀ, ਉਹਦਾ ਭਰਾ ਇੱਕ ਮਹਿੰਦਰ ਦਾ ਜਿਹੜਾ ਹੈਗਾ ਦਰਸ਼ਨ ਸਿੰਘ ਦਰਸ਼ੀ, ਜੋ ਪਿੰਡ ਦਾ ਸਰਪੰਚ ਹੈ, ਸਾਰੀ ਸ਼ਹਿ ਉਹਦੀ ਹੈ ਜੀ। ਮੈਂ ਇਹ ਕਹਿੰਦੀ ਜੀ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ ਜੀ, ਗੋਲੀਆਂ ਮੁੰਡੇ ਪਰ ਚੱਲੀਆਂ, ਗੜਿਆਸੇ ਉਹਨਾਂ ਪਰ ਚੱਲੇ ਜੀ, ਅਸੀਂ ਬਚਾਉਣ ਵਾਸਤੇ ਨਕਲ ਜੀ ਗੋਲੀਆਂ ਚਲਾਈਆਂ, ਉਹਨਾਂ ਨੇ ਸਾਨੂੰ ਇਹ ਧਮਕੀ ਦਿੱਤੀ ਗਈ, ਸਰਕਾਰ ਸਾਡੀ ਹੈ ਤੇ ਸਾਡਾ ਹੀ ਸਾਡਾ ਚਾਚਾ DSP ਹੈ। ਉਹਦੇ ਮੁੰਡੇ ਨੇ, ਮਹਿੰਦਰ ਦੇ ਮੁੰਡੇ ਨੇ ਕਿਹਾ, ਮਹਿੰਦਰ ਨੇ ਵੀ ਇਹੀ ਕਿਹਾ, ਅਸੀਂ ਨੱਠੇ ਜੀ ਮੁੰਡੇ ਨੂੰ ਛਡਾਉਣ ਵਾਸਤੇ, ਸਾਡਾ ਮੁੰਡਾ ਜਿੱਦਾਂ ਵੀ ਅਸੀਂ ਨੱਠੇ, ਸਾਡੇ ਮੁੰਡੇ ਪਰ ਗੋਲੀਆਂ ਚੱਲਦੀਆਂ ਰਹੀਆਂ ਜੀ, ਸਾਡੀ ਉਹਨਾਂ ਨੇ ਇੱਕ ਨਹੀਂ ਸੁਣੀ, ਨੱਠੇ ਵੀ ਇੱਕ ਨੇ ਡੰਡਾ ਵੀ ਮੇਰੇ ਮਾਰਿਆ ਜੀ, ਮੈਂ ਨੱਠੀ ਫਿਰ, ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ, ਅਸੀਂ ਹੱਥ ਵੀ ਜੋੜੇ ਮੁੰਡੇ ਨੂੰ ਅੰਦਰੋਂ ਕੱਢੇ ਜੀ, ਸਾਡੇ ਨੂੰ ਸ਼ਰਮ, ਗੋਲੀਆਂ ਚਲਾਈਆਂ, ਗੰਡਾਸੇ ਮਾਰੇ, ਮਾਰ ਮੁੱਕ ਕੇ ਮੁੰਡੇ ਨੂੰ ਫਿਰ ਵੀ ਗੰਡਾਸੇ ਚਲਾਏ ਜੀ, ਫਿਰ ਗੇਟ 'ਚ ਸਿੱਟ ਤਾ ਜੀ, ਸਕੂਲ ਦੇ ਬੱਚੇ ਵੀ ਇੱਧਰ ਉੱਧਰ ਨੂੰ ਖੇਤਾਂ 'ਚ ਉਹਨੂੰ ਨੱਠੇ ਜੀ, ਉਹ ਵੀ ਬੱਚੇ ਪੂਰੇ ਪਰੇ ਨੂੰ ਨੱਠੇ ਜੀ, ਅਸੀਂ ਇੰਨੀ ਪਿੰਡ ਸਿਆਪਾ ਵੀ ਕੀਤਾ, ਦੁਹਾਈ ਵੀ ਦਿੱਤੀ, ਅਸੀਂ ਮਾਫੀਆਂ ਵੀ ਮੰਗੀਆਂ ਉਹਨਾਂ 'ਤੇ, ਸਾਡੀ ਇੱਕ ਨਹੀਂ ਸੁਣਵਾਈ ਕੀਤੀ, ਸਾਡਾ ਮੁੰਡੇ ਨੂੰ ਕੀਤਾ ਜਾਵੇ, ਸਾਨੂੰ ਕੀਤਾ ਜਾਵੇ, ਖੂਨ ਦਾ ਖੂਨ ਚਾਹੀਦਾ। ਇਹ ਮਸਲਾ ਜੇ ਸਿੱਖਵਾਲ ਦੇ ਵਿੱਚ ਨੌਜਵਾਨ ਦਾ ਜੋ ਕਤਲ ਹੋਇਆ, ਇਹ ਸਾਰੀ ਸਮਝੀ ਸਾਜ਼ਿਸ਼ ਦੇ ਮੁਤਾਬਕ ਹੋਇਆ, ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਪੁਲਿਸ ਨੂੰ ਵੀ ਕਹਿ ਰਹੇ ਸੀ ਕਿ ਇਹ ਜਿਹੜਾ ਦਰਸ਼ੀ ਸਰਪੰਚ ਆ, ਇਹ ਪੂਰਾ ਪਿੰਡ ਦੇ ਵਿੱਚ ਧੱਕੇਸ਼ਾਹੀ ਕਰਦਾ, ਲੋਕਾਂ ਨਾਲ ਧੱਕਾ ਕਰ ਰਿਹਾ, ਪਰ ਪੁਲਿਸ ਮਹਿਕਮੇ ਨੇ ਕਦੀ ਵੀ ਇਹ ਨਾ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਇਸ ਕਰਕੇ ਅੱਜ ਕੱਲ੍ਹ ਜੋ ਇਹ ਕਾਂਡ ਹੋਇਆ, ਨੌਜਵਾਨ 24 ਸਾਲ ਦਾ ਬਾਪ ਉਹਦੇ ਸਿਰ 'ਤੇ ਹੈ ਨੀਗਾ, ਔਰ ਉਹਦਾ ਪਿੰਡ ਦੇ ਵਿੱਚ ਦਰਸ਼ ਸਰਪੰਚ ਨੇ ਆਪ ਆਪਣੇ ਭਤੀਜਿਆਂ ਨੂੰ, ਭਰਾਵਾਂ ਨੂੰ ਨਾਲ ਲੈ ਕੇ ਹੋਰ ਬਾਹਰੋਂ ਬੰਦੇ ਬੁਲਾ ਕੇ ਅਤੇ ਉਹਦਾ ਕਤਲ ਕਰਤਾ, ਔਰ ਕਿੱਡੀ ਮਾੜੀ ਗੱਲ ਆ, ਉੱਥੇ ਫਾਇਰਿੰਗ ਵੀ ਕੀਤੀ ਆ, ਔਰ ਪੂਰੇ ਤੁਸੀਂ ਪੰਜਾਬ 'ਚ ਦੇਖਦੇ ਹਾਂ ਅੱਜ ਇਹ ਕਾਂਗਰਸ ਸਰਕਾਰ ਹੈ ਧੱਕਾ ਕਰ ਰਹੀ ਆ, ਔਰ ਸਾਡੇ ਗੜਸ਼ੰਕਰ ਹਲਕੇ ਦੇ ਵਿੱਚ ਇਹਨਾਂ ਨੇ ਧੱਕਾ ਕੀਤਾ, ਅੱਗੇ ਆ ਘਾਗੋ ਰੋਡਾਂ ਵਾਲੀ ਇੱਕ ਨੌਜਵਾਨ ਦਾ ਕਤਲ ਹੋਇਆ, ਹਾਲੇ ਤੱਕ ਉਹ ਮੁਲਜ਼ਮ ਨਹੀਂ ਫੜ ਹੋਏ, ਅਸੀਂ ਅਫਸਰ ਨੂੰ ਵਾਰ ਵਾਰ ਕਹਿਣ 'ਤੇ ਅਸੀਂ ਮਜਬੂਰ ਹੋ ਕੇ ਅੱਜ ਸਾਰੇ ਇਕੱਠੇ ਹੋ ਕੇ ਧਰਨਾ ਦੇ ਰਹੇ ਹਾਂ, ਕਿਉਂਕਿ ਇਹੋ ਜਿਹੇ ਮਾੜੇ ਆਂਸਰਾਂ ਨੂੰ ਸਾਡੇ ਰਾਤ ਕਹਿਣ ਦੇ ਮੁਤਾਬਕ ਜਿਹੜੇ ਅਸੀਂ ਜ਼ੋਰ ਪਾਇਆ ਸਾਰੇ ਪ੍ਰਸ਼ਾਸਨ 'ਤੇ, ਅਤੇ ਇਹਨਾਂ ਨੇ ਪਰਚਾ ਤਾਂ ਜ਼ਰੂਰ ਉਹਨਾਂ ਦੇ ਨਾਮ ਬਾਈ ਨੇਮ ਦਰਜ ਕਰਤਾ, ਹਾਲੇ ਤੱਕ ਕੋਈ ਦੋਸ਼ੀ ਨਹੀਂ ਫੜ ਹੋਇਆ। ਇਹ ਬਹੁਤ ਇੱਕ ਮੰਦਭਾਗੀ ਜਿਹੜੀ ਹੈ ਦੁਰਘਟਨਾ ਜਿਹੜੀ ਹੈਗੀ ਹੈ, ਇਹ ਉੱਥੇ ਪਿੰਡ ਦੇ ਵਿੱਚ, ਪਿੰਡ ਹੈਬੋਵਾਲ 'ਚ ਜਿਹੜੀ ਹੈ ਸਿੱਖਵਾਲ 'ਚ, ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ, ਔਰ ਇਹਦੇ ਪਿੱਛੇ ਕੱਲ੍ਹ ਸ਼ਾਮ ਕੋਈ 4 ਵਜੇ ਕੁਝ ਹਥਿਆਰਬੰਦ ਜਿਹੜੇ ਹੈਗੇ ਆ ਲੋਕ ਹੈ, ਜਿਨ੍ਹਾਂ ਦਾ ਨਾਮ ਇਹਨਾਂ ਨੇ FIR 'ਚ ਦਰਜ ਕਰਾਇਆ ਆਪਣੇ ਘਰ ਵਾਲਿਆਂ ਨੇ ਅਤੇ ਪਿੰਡ ਵਾਸੀਆਂ ਨੇ, ਅਤੇ ਉਹਦੇ ਨਾਲ ਨਾਲ ਜਿਹੜੀ ਕਹਾਣੀ ਹੈਗੀ ਹੈ, ਅੱਜ ਸਵੇਰੇ ਜਿਹੜਾ ਹੈਗਾ ਸਰਕਾਰ ਨੇ ਇਹਨੂੰ ਮੁੱਖ ਰੱਖਦੇ ਹੋਏ ਜੋ ਵੀ ਕਦਮ ਚੁੱਕਿਆ ਹੈਗਾ, ਔਰ SSP ਸਾਹਿਬ ਨੇ ਚੌਕੀ ਇੰਚਾਰਜ ਜਿਹੜਾ ਉਹਦਾ ਹੀ ਤਬਾਦਲਾ ਕਰ ਦਿੱਤਾ, ਇੱਥੋਂ ਹਟਾ ਦਿੱਤਾ ਗਿਆ ਉਹਨੂੰ, ਔਰ ਇਹਦੇ ਨਾਲ ਨਾਲ ਅੱਜ ਸ਼ਾਮ ਤੱਕ SHO ਵੀ ਖੜ੍ਹੇ ਆ, DSP ਸਾਹਿਬ ਵੀ ਖੜ੍ਹੇ ਆ, ਸ਼ਾਮ ਤੱਕ ਜਿਹੜੇ ਵੀ ਦੋਸ਼ੀ ਹੈ, ਬਹੁਤ ਜ਼ਿਆਦਾ ਮੰਦਭਾਗੀ ਘਟਨਾ, ਜਿਹੜੇ ਵੀ ਦੋਸ਼ੀ ਹੈ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਸ਼ਾਮ ਤੱਕ ਜਾਂ ਤਾਂ ਜਿਹੜਾ ਵੀ ਦੋਸ਼ੀ ਹੈਗੇ ਉਹਨੂੰ ਫੜ ਕੇ ਆਪਣੇ ਕਬਜ਼ੇ 'ਚ ਲੈ ਕੇ ਆਉਣ, ਜਾਂ ਉਹਨਾਂ ਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਵੇ। ਔਰ ਮੈਂ ਇੱਥੋਂ ਤੱਕ ਇਹ ਗੱਲ ਕਹਿੰਦਾ ਹੈਗਾ ਅਤੇ ਸਰਕਾਰ ਕੋਲ ਵੀ ਦਰਖਾਸਤ ਕਰਾਂਗੇ, ਪ੍ਰਸ਼ਾਸਨ ਦੇ ਨਾਲ ਵੀ ਦਰਖਾਸਤ ਕਰਾਂਗੇ ਕਿ ਇਹੋ ਜਿਹੇ ਜਿਹੜਾ
ਗਲਤ ਤਰੀਕੇ ਦੇ ਨਾਲ ਜਿਨ੍ਹਾਂ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੱਕ ਹੋਣੀ ਚਾਹੀਦੀ। ਸਰ, ਇਹਨਾਂ ਦਾ ਦੋਸ਼ ਇਹ ਵੀ ਹੈ ਕਿ ਉਹ ਤੁਹਾਡਾ ਨਾਮ ਲਿਆ, ਕੋਈ ਦਰਸ਼ੀ ਸਰਪੰਚ ਹੈ ਜਿਸ ਦੇ ਵੱਲੋਂ ਤੁਹਾਡਾ ਨਾਮ ਲਿਆ ਜਾ ਰਿਹਾ ਕਿ ਸਾਡੀ ਸਰਕਾਰ ਹੈ, ਤੁਸੀਂ ਕੁਛ ਨਹੀਂ ਕਰ ਸਕਦੇ, ਇਹਦੇ ਬਾਰੇ ਕੀ? ਇਹਦਾ ਮੈਨੂੰ ਇਸ ਗੱਲ ਦਾ ਪਤਾ ਨਹੀਂ, ਸਾਡਾ ਕਿਸੇ ਦੋਸ਼ੀ ਦੇ ਨਾਲ ਕਿਸੇ ਦੇ ਨਾਲ ਕੋਈ ਰਿਸ਼ਤਾ ਨਹੀਂ। ਆਪਣੇ ਮੂੰਹ ਦੀ ਜਵਾਨੀ ਤੋਂ ਕੋਈ ਵੀ ਕੁਛ ਵੀ ਕਹਿ ਸਕਦਾ। ਜੇ ਕੋਈ ਦੋਸ਼ੀ ਕੋਈ ਇਹ ਕਿਸੇ ਨੂੰ ਨਹੀਂ, ਕੋਈ ਸਿਆਸੀ ਬੰਦਾ ਕੋਈ ਇਹ ਕਿਸੇ ਨੂੰ ਨਹੀਂ ਇਹ ਗੱਲ ਕਹਿੰਦਾ ਕਿ ਕਿਸੇ ਦਾ ਕੋਈ ਮਾੜਾ ਕਰਕੇ ਆਓ ਜਾਂ ਕਿਸੇ ਨੂੰ ਕੋਈ ਮਾਰ ਕੇ ਸਾਡੇ ਕੋਲ ਆਓ, ਕੋਈ ਇੱਦਾਂ ਦੀ ਕੋਈ ਮਾੜੀ ਗੱਲ ਇਹ ਗੱਲ ਕਹਿੰਦਾ ਨਹੀਂ ਹੈ। ਜੇ ਉਹ ਪਿੰਡ ਦਾ ਸਰਪੰਚ ਹੈ, ਉਹਦਾ ਆਪਣਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ, ਆਪਣੇ ਬਾਕੀਆਂ ਨੂੰ ਜਿਹੜਾ ਹੈਗਾ, ਆਪਣੇ ਪਿੰਡ ਵਾਸੀਆਂ ਨੂੰ ਖਾਸ ਤੌਰ 'ਤੇ ਉਹ ਸਮਝਾ ਕੇ ਰੱਖੇ ਤਾਂ ਕਿ ਇਹੋ ਜਿਹਾ ਜਿਹੜੀ ਮੰਦਭਾਗੀ ਘਟਨਾ ਨਾ ਹੋ ਸਕੇ। ਸਰ, ਪੀੜਿਤ ਪਰਿਵਾਰ ਨੂੰ ਇਨਸਾਫ ਮਿਲੂਗਾ ਜੀ? ਪੀੜਿਤ ਪਰਿਵਾਰ ਨੂੰ ਅਸੀਂ ਇਨਸਾਫ ਵਾਸਤੇ ਨਾਲ ਅਸੀਂ ਖੜ੍ਹੇ ਹਾਂ ਇਸ ਗੱਲ ਦੇ ਉੱਤੇ। ਔਰ ਅਸੀਂ ਇਹ ਵੀ, ਮੈਂ ਤਾਂ ਇਹ ਗੱਲ ਇਸ ਤੋਂ ਵੀ ਅੱਗੇ ਲੰਘ ਕੇ ਕਹੀ ਹੈ, ਜਿਹੜੀ ਅਦਾਲਤ ਨੇ ਕਰਨੀ ਹੈ, ਕਿ ਅਸੀਂ ਇਹ ਚਾਹਵਾਂਗੇ ਕਿ ਉਹਨਾਂ ਦੋਸ਼ੀਆਂ ਨੂੰ ਜਿਹਨਾਂ ਨੇ ਇੰਨੀ ਬੇਰਹਿਮੀ ਦੇ ਨਾਲ ਜਿਹੜਾ ਇਹ ਸਾਰਾ ਘਟਨਾਕ੍ਰਮ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ।